ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਲਵਿੰਦਰ ਸਿੰਘ ਹੈਗਾ ਜਲੰਧਰ ਤੋਂ ਆਇਆ ਜੀ ਕਿੰਨੀ ਉਮਰ ਉਮਰ 60 ਸਾਲ ਦੀ ਹੈ ਕਿਸ ਤਰ੍ਹਾਂ ਦਾ ਲੱਗਿਆ ਜਿਹੜਾ ਹਾਫ ਮੈਰਥਨ ਜਿਹੜਾ ਕੀਤਾ ਬਹੁਤ ਵਧੀਆ ਵਧੀਆ ਮਾਹੌਲ ਲੱਗਿਆ ਬੰਦੋਬਸਤ ਬਹੁਤ ਵਧੀਆ ਕੀਤਾ ਇਹਨਾਂ ਨੇ ਮਜ਼ਾ ਆ ਗਿਆ ਪਹਿਲਾਂ ਵੀ ਕਦੀ ਹਿੱਸਾ ਲਿਆ ਜਾਂ ਹਾਂਜੀ ਪਹਿਲਾਂ ਜਲੰਧਰ ਰਨ ਹੋਈ ਉੱਥੇ ਲਿਆ ਲੁਧਿਆਣੇ ਲਿਆ ਸੀ ਭਾਈ ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਮਾੜੇ ਪ੍ਰਭਾਵਾਂ ਦੇ ਵਿੱਚ ਪਏ ਹੋਏ ਆ ਕੀ ਮੈਸੇਜ ਦੇਣਾ ਚਾਹੋਗੇ ਵਧੀਆ ਉਪਰਾਲਾ ਜੀ ਇਦਾਂ ਦੇ ਉਪਰਾਲੇ ਚੱਲਦੇ ਰਹਿਣ ਅਤੇ ਆਪਣੇ ਬੱਚੇ ਜਿਹੜੇ ਆ ਨਸ਼ਿਆਂ ਤੋਂ ਦੂਰ ਹੋਣਗੇ ਅਤੇ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਕਿੰਨੀ ਉਮਰ ਹੈ ਤੁਹਾਡੀ ਜੀ 92 ਸਾਲ ਅਤੇ ਅੱਜ ਜਿਹੜੀ ਮੈਰਾਥਨ ਦੇ ਵਿੱਚ ਹਿੱਸਾ ਲੈ ਰਹੇ ਪਵਨ ਸਾਹਿਬ ਕਿਸ ਤਰ੍ਹਾਂ ਦਾ ਜੀ ਏਸ਼ੀਆ ਦੇ ਵਿੱਚ ਮੈਰਾਥਨ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾਂ ਪੰਜਾਬ ਤੋਂ ਮੈਰਾਥਨ ਨੈਸ਼ਨਲ ਦਾ ਅਤੇ ਅੱਗੇ ਵੀ ਮੈਂ ਤੁਸੀਂ ਲੈਂਦੇ ਹੀ ਸਮੈਥਨ ਦੇ ਵਿੱਚ ਹਾਂ ਹਾਂ ਜੀ ਹਾਂ ਅਤੇ ਕਿਸ ਤਰੀਕੇ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਕਿਸ ਤਰੀਕੇ ਦਾ ਮਹਿਸੂਸ ਹੋ ਰਿਹਾ ਹੈ ਹਿੱਸਾ ਲੈ ਕੇ ਅਸੀਂ ਬਹੁਤ ਅੱਛਾ ਸਮਝਿਆ ਗੇਮ ਬਹੁਤ ਹੀ ਇਹਦੇ ਨਾਲ ਜੁੜੇ ਹੋਇਆ 94 ਸਾਲ ਤੋਂ ਲੈ ਕੇ ਇੱਧਰ ਆ ਰਹੇ ਜਿਹੜੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਨੌਜਵਾਨਾਂ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਹਾਂ ਵੀ ਸਾਜੇ ਉੱਠੋ ਅਤੇ ਪ੍ਰੈਕਟਿਸ ਕਰੋ ਨਸ਼ੇ ਦਾ ਕੋਡ ਬਣੋ ਕੀ ਨਾਮ ਤੁਹਾਡਾ ਕਿਹੜੀ ਜਗ੍ਹਾ ਤੋਂ ਆਏ ਠੀਕ ਹੈ ਤੇ ਕਿਸ ਤਰ੍ਹਾਂ ਕਿੰਨੇ ਫਸਟ ਆਏ ਤੁਸੀਂ ਇਸ ਤੋਂ ਪਹਿਲਾਂ ਵੀ ਕੋਈ ਮੈਰਾਥਨ ਵਿੱਚ ਹਿੱਸਾ ਲਿਆ ਅੱਛਾ ਕੀ ਕਹਿਣਾ ਚਾਹੁੰਦੇ ਦੱਸੋ ਤੇ ਹੋਰ ਵੀ ਜਿਹੜੇ ਬੱਚੇ ਨੇ ਛੋਟੇ ਜਾਂ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਕੀ ਅਪੀਲ ਕਰਨਾ ਕੀ ਨਾਮ ਤੇਰਾ ਗੁਰਪ੍ਰੀਤ ਸਿੰਘ ਕਿਹੜੇ ਪਿੰਡ ਦਾ ਹਲਕੋ ਕਲਾ ਤੇ ਕਿੰਨੇ ਕਿਲੋਮੀਟਰ ਆਇਆ ਜਿਹੜਾ ਇਸ ਟਰੈਕ 'ਚ ਹਿੱਸਾ ਲਿਆ 5 ਕਿਲੋਮੀਟਰ ਕਿੱਥੋਂ ਕਿੱਥੋਂ ਲੈ ਕੇ ਜਿਹੜੀ ਕਿੱਥੋਂ ਹੋਈ ਮੈਂ ਬਹੁਗੜ ਸਾਹਿਬ ਤੋਂ ਲੈ ਕੇ ਅਤੇ ਨਾਮ ਇਸ ਤੋਂ ਪਹਿਲਾਂ ਵੀ ਲਿਆ ਮੈਰਾਥਨ ਜੀ ਪਹਿਲੀ ਵਾਰ ਕਿੰਨੀ ਉਮਰ ਮੇਰੀ 16 ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਜਿਹੜੇ ਹੋਰ ਵੀ ਆ ਜਿਹੜੇ ਨੌਜਵਾਨਾਂ ਨੂੰ ਇਹੋ ਹੀ ਵੀ ਮਿਹਨਤ ਕਰਿਆ ਕਰੋ ਕੀ ਨਾਮ ਭਾਈ ਤੁਹਾਡਾ ਮੇਰਾ ਨਾਮ ਲਖਵੰਤ ਸਿੰਘ ਜੀ ਮੈਂ ਖੁਡੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਕਾਲਜ ਕੋਚ ਲਾਇਆ ਬਾਬਾ ਜੀ ਨੇ ਜੀ ਅਤੇ ਡੇਲੀ ਮੈਂ 21 ਕਿਲੋਮੀਟਰ ਦੌੜਦਾ ਜੀ ਰਨਿੰਗ ਕਰਦਾ ਮੈਂ ਡੇਲੀ ਅਤੇ ਬਾਕੀ ਮੈਂ ਉੱਥੇ ਕਾਲਜ ਦੇ ਵਿੱਚ ਕੋਚ ਲੱਗਾ ਬੱਚਿਆਂ ਨੂੰ ਅਥਲੀਟ ਤਿਆਰ ਕਰਦਾ ਇੱਥੇ ਕਿੰਨੇ ਕਿਲੋਮੀਟਰ ਮੈਂ 10 ਕਿਲੋਮੀਟਰ ਮਤਲਬ ਵੀ ਮਾਰ ਰਿਹਾ ਵਾਂ 43 ਦੇ ਵਿੱਚ ਕਿੰਨੀ ਕੁ ਉਮਰ ਹੈ ਏਜ ਮੇਰੀ ਹੈਗੀ ਆ 55 ਸਾਲ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਭੜਕੇ ਹੋਏ ਨੇ ਨੌਜਵਾਨਾਂ ਨੂੰ ਤਾਂ ਇਹੀ ਮੈਂ ਰੋਡ 'ਤੇ ਇਸੇ ਕਾਰਨ ਕਰਕੇ 21 ਕਿਲੋਮੀਟਰ ਦੌੜਦਾ ਬੱਚੇ ਦੇਖਦੇ ਆ ਵੀ ਮੇਰੀ ਨਕਲ ਮਾਰਨ ਇਸੇ ਕਾਰਨ ਕਰਕੇ ਵੀ ਬੱਚੇ ਜੇ ਇੱਕ ਬਜ਼ੁਰਗ ਇੰਨਾ ਦੌੜ ਸਕਦਾ ਅਤੇ ਬੱਚੇ ਵੀ ਸਭ ਮੇਰੀ ਰੀਸ ਕਰਨ 'ਤੇ ਕਿਤੇ ਦੇ ਕਿਤੇ ਪਹੁੰਚ ਸਕਦੇ ਬਹੁਤ ਚੰਗਾ ਲੱਗਿਆ ਅਤੇ ਇੰਸਪਾਇਰ ਹੁੰਦੇ ਬਾਕੀ ਸਾਰੇ ਯੂਥ ਸਪੈਸ਼ਲੀ ਨਾ ਅਤੇ ਹੋਰ ਪਾਸੇ ਨਹੀਂ ਜਾਂਦੇ ਹੈਗੇ ਉਹਨਾਂ ਦਾ ਠੀਕ ਦਿਸ਼ਾ ਉਹਨਾਂ ਨੂੰ ਮਿਲਦੀ ਆ ਸਾਡੇ ਪਹਿਲਾਂ ਦੇਖ ਕੇ ਕਿੰਨੇ ਕਿਲੋਮੀਟਰ ਜਿਹੜੀ ਆ ਦੌੜ ਸੀਗੀ ਜਿਹੜਾ ਹਿੱਸਾ 5 ਮੇਰਾ 5 ਫਸਟ ਸੀ ਜਾਂ ਪਹਿਲਾਂ ਵੀ ਕਦੀ ਲਿਆ ਨਹੀਂ ਨਹੀਂ ਪਹਿਲਾਂ ਵੀ ਨੌਜਵਾਨਾਂ ਨੂੰ ਕੀ ਆ ਮੈਸੇਜ ਦੇਣਾ ਚਾਹੋਗੇ ਮੈਂ ਕਹਿਣਾ ਚਾਹੁੰਦੀ ਕਿ ਹੁਣ ਮੈਂ ਸ਼ੁਰੂ ਕੀਤੀ ਆ 46-47 ਦੀ ਰੇਸ ਵਿੱਚ ਨਾ ਫਿਰ ਵੀ ਚਲੋ ਮੈਂ 5 ਕਿਲੋਮੀਟਰ ਲਾ ਲੈਣੀ ਆ 10 ਵੀ ਕਦੀ ਫਿਰ ਬੱਚੇ ਤਾਂ ਬਹੁਤ ਕੁਛ ਕਰ ਸਕਦੇ ਆ ਨਾ ਆਪਣੀ ਸਿਹਤ ਵੀ ਠੀਕ ਰਹਿੰਦੀ ਆ ਅਤੇ ਮਾਂ ਪਿਓ ਵੀ ਖੁਸ਼ ਰਹਿੰਦੇ ਆ ਸਾਡੀ ਲਾਈਫ ਵਧੀਆ ਚੱਲਦੀ ਆ ਨਾਮ ਹੈ ਤੁਹਾਡਾ ਭਾਈ ਮੈਂ ਸਰਦਾਰ ਕੇਵਲ ਸਿੰਘ ਕਿਹੜੇ ਪਿੰਡ ਦਾ ਪੱਦੀ ਸੂਰਤ ਸਿੰਘ ਡਿਸਟ੍ਰਿਕਟ ਹੁਸ਼ਿਆਰਪੁਰ ਸਰ ਅਤੇ ਉਮਰ ਕਿੰਨੀ ਤੁਹਾਡੀ ਜਿਹੜੇ ਤੁਸੀਂ ਅੱਜ ਮੈਰਾਥਨ ਵਿੱਚ ਹੀ ਮੇਰਾ ਹੁਣ 70ਵਾਂ ਮੈਂ 65+ ਦੌੜਿਆ 70ਵਾਂ ਰਨਿੰਗ 15 ਜੂਨ ਨੂੰ ਮੇਰੇ 70 ਹੋ ਜਾਣੇ ਅਤੇ ਕਿਸ ਤਰੀਕੇ ਕਿੰਨੇ ਵਾਲਾ ਟਰੈਕ ਸੀਗਾ ਜਿਹੜਾ ਹਿੱਸਾ ਲਿਆ ਤੁਸੀਂ ਮੈਂ 5 ਕਿਲੋਮੀਟਰ ਸੀ ਕਿੰਨਾ ਟਾਈਮ ਲਾਇਆ ਟਾਈਮ ਤਾਂ ਹੁਣ ਦੇਖਾਂਗੇ ਸਰ ਉਹਦੇ ਕੰਪਿਊਟਰ 'ਤੇ ਆਏਗਾ ਕਿਆ ਆਏਗਾ ਅੱਛੀ ਲੱਗੀ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਸੀਂ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੌਜਵਾਨ ਜਿਹੜੇ ਲੱਗੇ ਸਰ ਮੈਂ ਇਹਨਾਂ ਨੂੰ ਤਾਂ ਹੋਰ ਵਾਕਅਪ ਕਰਨਾ ਆ ਕਿ ਇਹ ਤਗੜੇ ਹੋ ਕੇ ਲੱਗੇ ਰਹਿਣ ਜਿਹੜੇ ਕੁਛ ਭਟਕੇ ਹੋਏ ਆ ਬੰਦੇ ਸਾਰੇ ਨਹੀਂ ਕੁਛ ਭਟਕੇ ਹੋਏ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਵੀ ਆਓ ਇੱਧਰ ਸਾਡੇ ਨਾਲ ਸਾਡੇ ਨਾਲ ਦੇਖੋ ਅਸੀਂ ਕਰ ਸਕਦੇ ਤੁਸੀਂ ਵੀ ਕਰ ਸਕਦੇ ਇਸ ਤੋਂ ਪਹਿਲਾਂ ਵੀ ਹਿੱਸਾ ਲਿਆ ਕਿਤੇ ਤੁਸੀਂ ਮੈਂ ਸਰ ਤਕਰੀਬਨ 76 ਦਾ ਦੌੜ ਰਿਹਾ ਕੀ ਨਾਮ ਜੀ ਤੁਹਾਡਾ ਰਮਨਵੀਰ ਕੌਰ ਕਿਹੜੇ ਸਕੂਲ ਤੋਂ ਆਏ ਜੀ ਕਿੰਨੇ ਕਿਲੋਮੀਟਰ ਦੌੜ ਦੇ ਵਿੱਚ ਹਿੱਸਾ ਲਿਆ 5 ਕਿਲੋਮੀਟਰ ਦੌੜ ਦੇ ਵਿੱਚ ਹਿੱਸਾ ਲਿਆ ਕਿਸ ਤਰ੍ਹਾਂ ਦੇਖਦੇ ਜੀ ਕਿੰਨੇ ਕੁ ਬੱਚਿਆਂ ਨੇ ਲਿਆ ਸੀ ਹਿੱਸਾ ਤੇ ਕਿਸ ਤਰ੍ਹਾਂ ਦੇਖਦੇ ਜੀ ਇਹਨਾਂ 300 ਤੋਂ ਬੱਚਾ ਬਹੁਤ ਜ਼ਿਆਦਾ ਵੱਧ ਸੀ ਅਤੇ ਉਹਨਾਂ ਦੇ ਵਿੱਚ ਬਹੁਤ ਮੁੰਡੇ ਸੀ ਕੁੜੀਆਂ ਪਰ ਕੁੜੀਆਂ ਨੇ ਵੀ ਲਾਈ ਬਹੁਤ ਸਾਰੇ ਮੁੰਡੇ ਰੁਕੇ ਵੀ ਸੀ ਰੁਕ ਰੁਕ ਕੇ ਭੱਜੇ ਵੀ ਸੀ ਪਰ ਉਹਨਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਸੀ ਕਈ ਮੁੰਡੇ ਬਹੁਤ ਵਧੀਆ ਤੇ ਕਿਸ ਤਰ੍ਹਾਂ ਦੇਖਦੇ ਅਜਿਹੀਆਂ ਗੇਮਾਂ ਹੋਰ ਵੀ ਹੋਣੀਆਂ ਚਾਹੀਦੀਆਂ ਵਾ ਹਾਂਜੀ ਇਹੋ ਜਿਹੀਆਂ ਗੇਮਾਂ ਹੋਣਗੀਆਂ ਤਾਂ ਆਪਣੇ ਪੰਜਾਬ ਦੇ ਵਿੱਚ ਨਸ਼ੇ ਵੀ ਘਟਣਗੇ ਅਤੇ ਬੱਚੇ ਵਧੀਆ ਪਾਸੇ ਲੱਗਣਗੇ ਉਹਨਾਂ ਦੀ ਸਿਹਤ ਵਧੀਆ ਰਹੂਗੀ ਠੀਕ ਆ
ਹਾਂਜੀ ਸਰ, ਅੱਜ ਜਿਹੜੀਆਂ ਦੌੜਾਂ ਇੱਥੇ ਕਰਵਾਈਆਂ ਗਈਆਂ, ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ? ਇਸ ਤਰ੍ਹਾਂ ਜੀ ਵੀ ਅਸੀਂ ਇਹ ਤੀਸਰੀ ਵਾਰੀ ਕਰਵਾ ਰਹੇ ਹਾਂ ਦੌੜ, ਅਤੇ ਅਸੀਂ ਇਹਨੂੰ ਸਮਰਪਿਤ ਕਰਨ ਰਹੇ ਹਾਂ ਬਾਬਾ ਦੀਪ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ, ਕਿਉਂਕਿ ਬਾਬਾ ਦੀਪ ਸਿੰਘ ਸ਼ਕਤੀ ਅਤੇ ਭਗਤੀ ਦੇ ਪ੍ਰਤੀਕ ਨੇ, ਇਸ ਕਰਕੇ ਸਾਨੂੰ ਸ਼ਕਤੀ ਦੇ ਉੱਤੇ ਵੀ ਧਿਆਨ ਦੇਣਾ ਪੈਂਦਾ ਹੈ। ਅਸੀਂ ਪਿੱਛੇ 14-15 ਨਵੰਬਰ ਨੂੰ ਕੁਸ਼ਤੀ ਅਤੇ ਆਪਣਾ ਸ਼ੂਟਿੰਗ ਵਗੈਰਾ ਕਰਾ ਚੁੱਕੇ ਹਾਂ, ਐਥਲੈਟਿਕਸ ਵੀ ਕਰਾਈਆਂ ਨੇ, ਹੁਣ ਇਹ ਸੀਗੀ ਆਪਣੀ ਲਾਸਟ ਜਿਹੜੀ ਸਾਡੀ ਸੀਗੀ ਸੀ ਇਵੈਂਟ ਸ਼ਹੀਦੀ ਦਿਹਾੜੇ ਦੇ ਸਮਰਪਿਤ, ਉਹ ਸੀਗੀ ਹਾਫ ਮੈਰਾਥੋਨ। ਇਹਦੇ ਵਿੱਚ ਅਸੀਂ ਹਾਫ ਮੈਰਾਥੋਨ 21 ਕਿਲੋਮੀਟਰ ਕਰਵਾਈ ਹੈ ਪ੍ਰੋਫੈਸ਼ਨਲ। ਪ੍ਰੋਫੈਸ਼ਨਲ ਦਾ ਮਤਲਬ ਹੈ ਕਿ ਇਹ ਚਿਪ ਟਾਈਮਡ ਹੈ, ਸੈਟੇਲਾਈਟ ਦੇ ਨਾਲ ਇਹਦੀ ਟਾਈਮਿੰਗ ਆਉਂਦੀ ਹੈ, ਅਤੇ ਇਹਦੇ ਵਿੱਚ ਪ੍ਰਸੈਸ਼ਨ ਬੜੀ ਮਿਲਦੀ ਹੈ, ਨਾਲੇ ਇਹਦੇ ਵਿੱਚ ਕੋਈ ਤੁਸੀਂ ਫਾਊਲ ਮੀਨਸ ਅਨਫੇਅਰ ਮੀਨਸ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ। ਸਾਡਾ ਮਕਸਦ ਇਹ ਸੀਗਾ ਵੀ ਅਸੀਂ ਇਸ ਇਲਾਕੇ ਦੇ ਵਿੱਚ, ਕਿਉਂਕਿ ਇਹ ਜਿਹੜੀ ਰਨ ਹੈਗੀ ਇਹ ਸ਼ਹਿਰਾਂ 'ਚ ਤਾਂ ਬਹੁਤ ਹੁੰਦੀ ਹੈ, ਲੇਕਿਨ ਪਿੰਡਾਂ ਵਿੱਚ ਕੋਈ ਨਹੀਂ ਕਰਾਉਂਦਾ, ਇਹਦੇ 'ਚ ਇਨਵੈਸਟਮੈਂਟ ਕਾਫੀ ਹੁੰਦੀ ਹੈ। ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਅਸੀਂ ਇਸ ਇਲਾਕੇ ਦੇ ਵਿੱਚ ਲੌਂਗ ਡਿਸਟੈਂਸ ਰਨਿੰਗ ਨੂੰ ਪ੍ਰਮੋਟ ਕਰੀਏ। ਇਹਦਾ ਮੇਨ ਮਕਸਦ ਇਹ ਹੈਗਾ ਵੀ ਲੌਂਗ ਡਿਸਟੈਂਸ ਰਨਿੰਗ 21 ਕਿਲੋਮੀਟਰ, 10 ਕਿਲੋਮੀਟਰ, 5 ਕਿਲੋਮੀਟਰ ਆਪਾਂ ਪ੍ਰਮੋਟ ਕਰੀਏ ਔਲ ਏਜ ਗਰੁੱਪਸ। ਹੁਣ ਸਾਡੇ ਕੋਲ ਅੱਜ 80 ਸਾਲ ਤੋਂ ਵੀ ਉੱਤੇ ਭੱਜੇ ਨੇ ਅਤੇ ਬੱਚੇ ਵੀ ਭੱਜੇ ਨੇ। ਸਾਨੂੰ ਬੜੀ ਖੁਸ਼ੀ ਹੈ ਕਿ ਪੂਰੇ ਇਲਾਕੇ ਨੇ ਇਹਦਾ ਫਾਇਦਾ ਉਠਾਇਆ, ਅਤੇ ਇਸੇ ਤਰ੍ਹਾਂ ਹੀ ਅਸੀਂ ਮਹਾਰਾਜ ਦੇ ਮੇਅਰ ਰਹੇ ਸੀ, ਇਸੇ ਤਰ੍ਹਾਂ ਹੀ ਕਰਵਾਉਂਦੇ ਰਹਾਂਗੇ। ਹਾਂਜੀ ਸਰ, ਜਿਹੜੀ ਪਹੁਵਿੰਦ ਸਾਹਿਬ ਮੈਰਾਥੋਨ ਹੋ ਰਹੀ ਹੈ, ਅਤੇ ਕਿਸ ਤਰੀਕੇ ਦੇ ਪ੍ਰਬੰਧ ਪੁਲਿਸ ਵੱਲੋਂ ਕੀਤੇ ਗਏ ਜੀ? ਨਾਲ ਪੁਲਿਸ ਪਾਰਟੀਆਂ ਵਿੱਚ ਲੈਂਦੀਆਂ ਜੀ, ਕਿਸੇ ਨੂੰ ਵੀ ਮਾੜੇ ਅਰਸੇ ਨੂੰ ਸਿਰ ਚੁੱਕ ਪੈ ਜਾਵੇ, ਬਹੁਤ ਵਧੀਆ ਉਪਰਾਲਾ ਹੈ, ਸਾਰਿਆਂ ਨੂੰ ਕਰਨਾ ਚਾਹੀਦਾ। ਇਹ ਕਿੱਥੋਂ ਤੱਕ ਜਿਹੜੀ ਗੈਸਟ ਹੋ ਰਹੀ ਹੈ ਜੀ? ਇਹ ਨਾਰਦੇ ਤੋਂ ਜਿੱਥੋਂ ਤੱਕ ਵੀ ਜਾਣਗੇ ਮੈਰਾਥੋਨ ਦੌੜਾ ਦਾ ਪੁਲਿਸ ਪਾਰਟੀ ਅਤੇ ਸੁਰੱਖਿਆ ਦਾ ਰੂਪ ਲੱਗਾ ਜੀ। ਕਿ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਜੀ? ਇਹਦੀ ਬਹੁਤ ਵਧੀਆ ਜੀ, ਨੌਜਵਾਨਾਂ ਨੂੰ ਬੱਚਿਆਂ ਨੂੰ ਛੱਡ ਕੇ ਚੰਗੇ ਰਾਤ ਲੱਗਣ ਜੀ, ਅਤੇ ਬਹੁਤ ਵਧੀਆ ਉਪਰਾਲਾ ਵਾ ਜੀ ਮੈਰਾਥੋਨ ਦੌੜ ਦਾ, ਜਿਹੜੇ ਬੱਚੇ ਆਪਣੇ ਉਤਸ਼ਾਹ ਕਰ ਰਹੇ।